ਇਹਨਾਂ ਨੇ ਸਾਨੂੰ ਟਾਈਮ ਦਿੱਤਾ ਜੇ ਉਹਨਾਂ ਨੇ ਐਮ ਸਾਹਿਬ ਨੇ ਜੇ ਇਹਨਾਂ ਟਾਈਮ ਨਾ ਸਾਡਾ ਕੰਮ ਨਾ ਕੀਤਾ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਭੋਖੜ ਦਲ ਦੇ ਬੈਠਾਂਗੇ ਅੰਦੋਲਨ ਸ਼ੁਰੂ ਕਰਾਂਗੇ ਔਰ ਜਿਹੜਾ ਮੰਤਰੀ ਆ ਅਸੀਂ ਆਪਣੇ ਜੇਬਾਂ ਦੇ ਕਾਲੇ ਝੰਡੇ ਪਾ ਕੇ ਰੱਖਾਂ ਜਿੱਥੇ ਮਿਲ ਗਿਆ ਉੱਥੇ ਕਾਲਾ ਝੰਡਾ ਦਿਖਾਵਾਂਗੇ ਇੱਕ ਪਾਸੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵੱਲੋਂ ਆਪਣੇ ਨਿਵਾਸ ਸਥਾਨ ਹੁਸ਼ਿਆਰਪੁਰ 'ਚ ਜਨਤਾ ਦਰਬਾਰ ਲਾ ਕੇ ਲੋਕਾਂ ਦੀਆਂ ਮੁਸ਼ਕਲਾਵਾਂ ਦਾ ਹੱਲ ਕਰਨ ਦਾ ਦਾਅਵੇ ਕੀਤੇ ਜਾਂਦੇ ਨੇ ਦੂਜੇ ਪਾਸੇ ਸੜਕਾਂ 'ਤੇ ਉਤਰ ਕੇ ਜਨਤਾ ਵੱਲੋਂ ਉਹਨਾਂ ਵਾਅਦਿਆਂ ਦੀ ਪੋਲ ਖੋਲਦਿਆਂ ਸੁੰਦਰ ਸ਼ਾਮ ਅਰੋੜਾ ਦੇ ਨਿਵਾਸ ਸਥਾਨ ਦਾ ਘਿਰਾਓ ਕੀਤਾ ਹੁਸ਼ਿਆਰਪੁਰ ਦੇ ਨੀਲਕੰਠ ਦੇ ਮੁਹੱਲਾ ਵਾਸੀਆਂ ਵੱਲੋਂ ਘਿਰਾਓ ਸੀਵਰੇਜ ਦੀ ਸਮੱਸਿਆ ਅਤੇ ਹੋਰ ਸੜਕਾਂ ਦੀ ਮੁਰੰਮਤ ਨੂੰ ਲੈ ਕੇ ਰੋਸ ਜਤਾਇਆ ਗਿਆ ਗੁਸਾਏ ਲੋਕਾਂ ਦਾ ਕਹਿਣਾ ਹੈ ਕਿ ਵੋਟਾਂ ਲੈਣ ਮੌਕੇ ਮੰਤਰੀਆਂ ਵੱਲੋਂ ਹਜ਼ਾਰਾਂ ਵਾਅਦੇ ਕੀਤੇ ਜਾਂਦੇ ਨੇ ਪਰ ਮਗਰੋਂ ਉਹਨਾਂ ਦੀ ਸਾਰ ਨਹੀਂ ਲਈ ਜਾਂਦੀ ਤੇ ਉਹ ਨਿਤ ਦਿਨ ਆ ਰਹੀਆਂ ਇਹਨਾਂ ਸਮੱਸਿਆਵਾਂ ਤੋਂ ਬਹੁਤ ਪਰੇਸ਼ਾਨ ਨੇ ਚਾਰ ਟਰਮਾਂ 'ਚ ਐਮਸੀ ਬਣ ਚੁੱਕੇ ਇੱਥੇ ਮੱਲਾ ਨੀਲਕੰਠ ਦੇ 42 ਨੰਬਰ 50 ਦੇ ਚਾਰ ਟਰਮਾਂ 'ਚ 20 ਸਾਲ ਬੀਤ ਗਏ ਆ ਇਹਨਾਂ ਨੇ ਅੱਜ ਤੱਕ ਨਾ ਉੱਥੇ ਕੋਈ ਸੜਕ ਗਲੀ ਪੱਕੀ ਕਰਾਈ ਸੀਵਰੇਜ ਉੱਥੇ ਪਿਆ ਨਹੀਂ ਨਗਰ ਨਿਗਮ ਉੱਥੇ ਫੋਗਿੰਗ ਨਹੀਂ ਕਰ ਰਹੀ ਕੂੜੇਦਾਨ ਵਾਸਤੇ ਕੂੜਾ ਸੁੱਟਣ ਵਾਸਤੇ ਕੋਈ ਜਗ੍ਹਾ ਹੈ ਨਹੀਂ ਅਸੀਂ ਇਹਨਾਂ ਨੂੰ ਲਿਖ ਕੇ ਦਿੱਤਾ ਸੀ ਵੀ ਭਾਈ ਸਾਡੀ ਮਦਦ ਕਰੋ ਆਹ ਕੰਮ ਕਰੋ ਇਹਨਾਂ ਦਾ ਹੈਗਾ ਟਾਲ ਮਟੋਲਿਆਂ ਦੇ ਕੰਮ ਟਿਕਿਆ ਕਰ ਦਿਆਂਗੇ ਹੁਣ ਅੱਜ ਮੈਮੋਰੈਂਡਮ ਤੁਹਾਡੇ ਸਹਿਯੋਗ ਨਾਲ ਦਿੱਤਾ ਸਾਥੀਆਂ ਦੇ ਹੁਣ ਕਹਿੰਦੇ ਮੌਕਾ ਦੇਖਾਂਗੇ ਜਦਕਿ ਮੈਂ ਪਹਿਲਾਂ ਵੀ ਹੋ ਕੇ ਇਹਨਾਂ ਕੋਲ ਗਿਆ ਵੀ ਅਸੀਂ ਧਰਨਾ ਨਾ ਦੇਈਏ ਯਾਰ ਉੱਦਾਂ ਹੀ ਨਿਬੇੜ ਲੈਣ ਇਹ ਕਦੀ ਕਹਿੰਦੇ ਕੁੜੀ ਦਾ ਵਿਆਹ ਐਵੇਂ ਕਹਿੰਦਾ ਉਹ ਸੋਮਵਾਰ ਕੁੜੀ ਦਾ ਵਿਆਹ ਤਾਂ ਅੱਧੇ ਘੰਟੇ ਮੌਕਾ ਦੇਖ ਲੈਂਦਾ ਜੇ ਸਾਨੂੰ ਕਹਿੰਦਾ ਵੀ 5-7 ਦਾ ਦਿਨਾਂ ਕੰਮ ਕਰਾ ਦੇਵਾਂਗੇ ਅਸੀਂ ਚੁੱਪ ਕਰ ਰਹੇ ਬੈਠੇ ਕੀ ਕਾਰਨ ਕੀ ਕਿਉਂ ਨਹੀਂ ਕੰਮ ਹੋ ਰਿਹਾ ਕਿੱਥੇ ਲੈ ਕੰਮ ਇਹਨਾਂ ਦਾ ਇੱਦਾਂ ਨਹੀਂ ਹੋ ਰਿਹਾ ਰੋੜਾ ਹੈਗਾ ਜੀ ਮੰਤਰੀ ਕਾਂਗਰਸ ਦਾ ਮੇਅਰ ਹੈਗਾ ਬੀਜੇਪੀ ਦਾ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਪਏ ਆ ਜਿਹਦੀ ਵਜ੍ਹਾ ਨਾਲ ਆਮ ਜਨਤਾ ਮਰ ਰਹੀ ਅੱਛਾ ਹੋਰ ਸੁਣੋ ਜਿਹੜੀਆਂ ਸੜਕਾਂ ਟਾਈਲਾਂ ਜਿਹੜੀਆਂ ਗਲੀਆਂ 'ਚ ਪਟਾਉਂਦੇ ਪਏ ਆ ਉਹ ਇਹ ਵੇਚਦੇ ਪਏ 2 ਰੁਪਏ ਦੀ ਇੱਕ ਟਾਈਲ ਆਮ ਜਨਤਾ ਨੂੰ ਜਦਕਿ ਉਹ ਹੁੰਦੀ ਆ ਨਗਰ ਨਿਗਮ ਦੀ ਪਟਾ ਕੇ ਮਾਲਕ ਦੀ ਹੁੰਦੀ ਹੈ ਇਹ ਠੇਕੇਦਾਰ ਲੈਂਦੇ ਆ ਉੱਥੇ ਬਾਹਰੋਂ ਬਾਹਰ ਹੀ ਵੇਚੀ ਜਾਂਦੇ ਬਾਹਰ ਬਾਹਰ ਜਿਹੜਾ ਮਲਬਾ ਉਹ ਬਾਹਰੋਂ ਬਾਹਰ 600 ਰੁਪਏ ਟਰਾਲੀ ਵੇਚੀ ਜਾਂਦੇ ਆ ਜੇ ਅਸੀਂ ਕਹਿੰਦੇ ਮਲਬਾ ਸੁੱਟੋ ਤਾਂ ਸਾਡੇ ਵਾਸਤੇ ਮਲਬਾ ਹੈ ਨਹੀਂ ਉੱਥੇ ਗੱਡੇ ਟਿੱਬੇ ਟੋਏ ਪਏ ਆ ਲੇਕਿਨ ਇਹਨਾਂ ਨੂੰ ਪੈਸਾ ਇਹਨਾਂ ਦੇ ਮੂੰਹ ਲੱਗਿਆ ਇਹ ਕਹਿੰਦੇ ਜਿਹੜੇ ਨੀਲਕੰਠੇ ਸੁੱਟਾਂਗੇ ਉੱਧਰ ਅਸੀਂ ਇਹ ਕਹਿੰਦੇ ਹਾਂ ਜੇ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਜੇ ਉਹਨਾਂ ਨੇ ਐਮ ਸਾਹਿਬ ਨੇ ਜੇ ਇਹਨਾਂ ਟਾਈਮ ਨਾ ਸਾਡਾ ਕੰਮ ਨਾ ਕੀਤਾ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਭੋਖੜ ਦਲ ਦੇ ਬੈਠਾਂਗੇ ਅੰਦੋਲਨ ਸ਼ੁਰੂ ਕਰਾਂਗੇ ਔਰ ਜਿਹੜਾ ਮੰਤਰੀ ਆ ਅਸੀਂ ਆਪਣੇ ਜੇਬਾਂ ਦੇ ਕਾਲੇ ਝੰਡੇ ਪਾ ਕੇ ਰੱਖਾਂ ਜਿੱਥੇ ਮਿਲ ਗਿਆ ਉੱਥੇ ਕਾਲਾ ਝੰਡਾ ਦਿਖਾਵਾਂਗੇ ਤੁਸੀਂ ਕਹਿ ਰਹੇ ਸੀ ਵੀ ਜਿੰਨੀ ਵੀ ਅਹੁਦੇਦਾਰ ਹੈਗੇ ਆ ਸਾਰੇ ਪ੍ਰਾਪਰਟੀ ਡੀਲਰ ਨੇ ਅੱਗੇ ਕੀਤੇ ਸਾਰਾ ਪ੍ਰਾਪਰਟੀ ਦਾ ਕੰਮ ਜਿੰਨੇ ਵੀ ਅਹੁਦੇਦਾਰ ਇਹਦੇ ਆਪਣੇ ਆ ਜਿਹੜੇ ਪ੍ਰਾਪਰਟੀ ਦਾ ਲਿੰਕ ਰੱਖਦੇ ਆ ਉਹ ਇਹਨੇ ਆਲੇ ਦੁਆਲੇ ਆਪਣੇ ਅਹੁਦੇਦਾਰ ਬਣਾ ਕੇ ਆਪਣੇ ਬਣਾਏ ਜਿਹੜਾ ਵਰਕਰ ਉਹਨੂੰ ਪਿੱਛੇ ਕੀਤਾ ਗਿਆ ਜਿਹਦੀ ਬਦੌਲਤ ਦਾ ਵਰਕ ਦੀ ਕੋਈ ਸੁਣਦਾ ਨਹੀਂ ਬਹੁ ਮਾਫੀਆ ਦਾ ਰਾਜ ਹੈ ਇੱਥੇ ਜਨਤਾ ਰਾਜ ਨਹੀਂ ਹੈ ਮੈਂ ਕਾਂਗਰਸ ਇਹਦੇ ਦੁੱਖੋਂ ਛੱਡੀ ਦੀ ਜਿਹੜਾ ਕੰਮ ਲੈ ਕੇ ਗਿਆ ਅੱਜ ਤੱਕ ਕੰਮ ਹੀ ਨਹੀਂ ਹੋਇਆ ਮੇਰਾ ਮਜ਼ਾਕ ਉੜਿਆ ਜਿਹੜੇ ਬੰਦਿਆਂ ਨੂੰ ਮੈਂ ਕੰਮ ਲੈ ਗਿਆ ਉਹ ਮੈਨੂੰ ਪੁੱਛਦੇ ਆ ਕੰਮ ਹੋਇਆ ਕਿ ਨਹੀਂ ਕੰਮ ਇਹਨੇ ਕਰਨਾ ਮੰਤਰੀ ਨੇ ਕਰਨਾ ਇਸ ਦੇ ਨਾਲ ਹੀ ਮੁਹੱਲਾ ਵਾਸੀ ਮਹਿਲਾ ਦਾ ਕਹਿਣਾ ਕਿ ਜੇਕਰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਇਸ ਵਾਰ ਵੋਟਾਂ ਨਹੀਂ ਪਾਉਣਗੇ ਚੱਕਰ ਜਾ ਕੇ ਤੁਸੀਂ ਦੇਖਿਆ ਰੋਲਾ ਸਾਹਿਬ ਨੇ ਦੇਖਿਆ ਆ ਉੱਥੇ ਨਾ ਉੱਥੇ ਸਾਡੇ ਸਿਵਰ ਨਾ ਸਾਡੇ ਨਾਲੀਆਂ ਨਾ ਸਾਡੀਆਂ
ਹੈਗਾ ਉੱਥੇ ਇਹਨਾਂ ਵਾਸਤੇ, ਜਦੋਂ ਵੋਟਾਂ ਲੈ ਲਓ ਤੁਹਾਡਾ ਸਾਰਾ ਕੁਛ ਕਰਾਂਗੇ। ਹੈ ਸਾਡੇ ਨਾਲ ਜਵਾਨ ਕਰਦੇ ਗਏ ਨੇ, ਬੱਚੇ ਬਿਮਾਰ ਪਏ ਨੇ ਲੋਕਾਂ ਦੇ, ਸਾਡੇ ਨੰਗਰ ਔਖੇ ਹੋਏ ਗਏ, ਸਾਰੇ ਖੁਦ ਕੇ ਅਸੀਂ ਸਾਰੇ ਬੱਲੇ ਨੂੰ ਵੋਟ ਦਿੱਤੀ ਹੈ, ਜਤਾਇਆ ਵੀ ਹੈ, ਜਤਾਇਆ ਵੀ ਸਾਡਾ ਕੰਮ ਨੀ ਹੋਇਆ, ਅਸੀਂ ਦੇਣੀ ਨੀ ਵੋਟ, ਅਸੀਂ ਦੇਣੀ ਨੀ ਵੋਟ, ਜਾਂ ਸਾਡੇ ਮੁਹੱਲੇ ਦਾ ਸਰਦਾਰ ਹੋ ਗਿਆ ਵੋਟਾਂ ਲੈ ਲੇਗਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।